ਤੁਸੀਂ ਕਿਸ ਰਿਗਾਰਡਿੰਗ ਮਿਲਣਾ ਜੀ? ਮੈਂ ਆਪਣੇ ਮੁੰਡੇ ਦਾ ਵੀਜ਼ਾ ਲਗਾਉਣਾ ਵਾ, ਇਸ ਕਰਕੇ ਅਸੀਂ ਤੁਹਾਡੇ ਕੋਲ ਆਏ ਹਾਂ। ਦਸਵੀਂ 'ਚ ਤਾਂ ਤੁਹਾਡੇ ਬਹੁਤ ਵਧੀਆ ਨੰਬਰ ਆਏ ਆ, 75%। ਪਲੱਸ ਟੂ 'ਚ ਤਾਂ ਤੁਸੀਂ ਕਮਰਸ ਵੀ ਤੁਸੀਂ ਕੀਤੀ ਹੈ ਨਾ, ਵਿੱਚ ਵੀ ਚੱਲ ਠੀਕ ਹੀ ਆ। ਹੋ ਜਾਏਗਾ ਤੁਹਾਡਾ ਕੰਮ, TRF ਤੁਹਾਡਾ ਆਈਲੈਟਸ ਆ ਰਹੇ, ਤੁਹਾਡੇ ਤਾਂ 5 ਬੈਂਡ ਆ, ਪਰ ਅਸੀਂ ਤਾਂ ਵੀ ਤੁਹਾਡਾ ਵੀਜ਼ਾ ਲਵਾ ਦਿੰਦੇ ਹਾਂ, ਤੁਹਾਨੂੰ ਵਧੀਆ ਅਸੀਂ ਕਾਲਜ ਚੱਕ ਕੇ ਲਵਾਂਗੇ, ਠੀਕ ਆ? ਤੁਹਾਡੇ ਰੇਟ 'ਚ ਚੱਲ ਘੱਟ ਆ, ਬਟ ਅਸੀਂ ਤੁਹਾਡੇ 5 ਬੈਂਡ ਤਾਂ ਲਵਾ ਦੇਵਾਂਗੇ, ਤੁਸੀਂ ਟੈਨਸ਼ਨ ਨਾ ਲਓ, ਤੁਸੀਂ ਬਸ ਪੈਸੇ ਦਾ ਇੰਤਜ਼ਾਮ ਕਰੋ, ਬਾਕੀ ਤੁਹਾਡਾ ਸਾਰਾ ਕੰਮ ਹੋ ਜੂ, ਤੁਹਾਨੂੰ ਕੋਰਸ ਵੀ ਅਸੀਂ ਵਧੀਆ ਚੁਣ ਕੇ ਦੇਵਾਂਗੇ। ਤੁਸੀਂ ਰੀਸੈਂਟਲੀ ਸਾਡੇ ਵੀਜ਼ੇ ਦੇਖ ਸਕਦੇ ਹੋ, ਤੁਸੀਂ ਦੇਖੇ ਹੋਣੇ ਅਖਬਾਰ 'ਚ ਜੀ ਸਰ ਜੀ, ਦੇਖੇ ਸੀ। ਹਾਂਜੀ ਬੇਟਾ ਜੀ, ਤੁਸੀਂ ਕਿਹੜੀ ਕੰਟਰੀ ਲਈ ਇੰਟਰਸਟਡ ਆ? ਸਰ ਮੈਂ ਕੈਨੇਡਾ ਜਾਣਾ, ਮੇਰਾ ਤਾਂ ਇੱਕੋ ਹੀ ਸੁਪਨਾ, ਬਸ ਮੈਂ ਕੈਨੇਡਾ ਹੀ ਜਾਣਾ। ਹਾਂਜੀ ਬੇਟਾ ਜੀ, ਤੁਹਾਡਾ ਅਸੀਂ ਵੀਜ਼ਾ ਲਵਾ ਕੇ ਦੇਵਾਂਗੇ, ਤੁਹਾਨੂੰ ਪਤਾ ਕਿ ਸਾਰਾ ਕੈਨੇਡਾ ਕੈਨੇਡਾ ਹੀ ਹੋ ਗਿਆ, ਪਰ ਵੀਜ਼ਾ ਕੋਈ ਨਹੀਂ ਲਵਾ ਦਿੰਦਾ। ਤੁਸੀਂ ਇੱਥੇ ਆ ਗਏ ਨਾ, ਤੁਸੀਂ ਟੈਨਸ਼ਨ ਫਰੀ ਹੋ ਜਾਓ, ਇੱਥੋਂ ਅਸੀਂ ਤੁਹਾਡਾ ਵੀਜ਼ਾ 100% ਗਰੰਟੀ ਆ, ਤੁਹਾਨੂੰ ਲਵਾ ਕੇ ਦੇਵਾਂਗੇ, ਪਰ ਤੁਹਾਨੂੰ ਪੈਸੇ ਥੋੜ੍ਹੇ ਐਡਵਾਂਸ ਦੇਣੇ ਪੈਣੇ, ਠੀਕ ਆ? 2 ਲੱਖ ਤੁਹਾਨੂੰ ਪਹਿਲਾਂ ਜਮ੍ਹਾਂ ਕਰਾਉਣਾ ਪੈਣਾ, ਠੀਕ ਆ? ਸਰ ਪੈਸੇ ਦੀ ਕੋਈ ਗੱਲ ਨਹੀਂ, ਪੈਸੇ ਅਸੀਂ ਜਮ੍ਹਾਂ ਕਰਾ ਦਾਂਗੇ, ਪਰ ਰੀਫੰਡ ਹੋ ਜੂਗਾ ਪੈਸੇ ਦੇ ਸਾਡਾ ਵੀਜ਼ਾ ਨਾ ਲੱਗਾ? ਹਾਂਜੀ, ਤੁਸੀਂ ਇਹਦੇ ਬਾਰੇ ਸੋਚੋ ਹੀ ਨਾ ਤੁਹਾਡੇ, ਕਿਉਂਕਿ ਅਸੀਂ ਵੀਜ਼ਾ ਲਵਾ ਕੇ ਦੇਵਾਂਗੇ, ਪੈਸੇ ਦੀ ਕੋਈ ਟੈਨਸ਼ਨ ਨਾ ਲਓ, ਤੁਹਾਡੇ ਅਸੀਂ ਖਰਾਬ ਨਹੀਂ ਕਰਦੇ ਪੈਸੇ, ਠੀਕ ਆ? ਸਰ ਟੋਟਲ ਖਰਚਾ ਕਿੰਨਾ ਕੁ ਆਜੂਗਾ? ਸਰ ਦੇਖੋ, ਟਰੱਸਟ ਨਾਮ ਦੀ ਵੀ ਚੀਜ਼ ਹੁੰਦੀ ਆ, ਤੁਸੀਂ ਆ 2 ਲੱਖ ਰੁਪਏ ਇੱਥੇ ਸਾਨੂੰ ਦੇ ਦਿਓ, ਅਸੀਂ ਤੁਹਾਡਾ ਪ੍ਰੋਸੈਸ ਸਟਾਰਟ ਕਰ ਦਈਏ, ਠੀਕ ਆ? ਅਤੇ ਆ ਜਿਹੜੇ 2 ਲੱਖ ਆ, ਆਵੇ ਉਹ 'ਚ ਇੰਕਲੂਡ ਹੋ ਜਾਣ, ਟੋਟਲ ਸਾਡਾ ਖਰਚਾ 22 ਲੱਖ ਰੁਪਈਆ ਵਾ, ਠੀਕ ਆ? 2 ਲੱਖ ਵੀ ਅਸੀਂ ਵਿੱਚ ਇੰਕਲੂਡ ਕਰ ਦੇਣ, ਤੁਸੀਂ ਉਹ ਨਹੀਂ ਦੇਣਾ, ਅਸੀਂ ਆਪਦੀ ਫੀਸ ਨਹੀਂ ਲਵਾਂਗੇ, ਠੀਕ ਆ? ਅਸੀਂ ਸਾਨੂੰ ਵੀਜ਼ੇ ਨਾ, ਕਿਉਂਕਿ ਅੱਜ ਕੰਪੀਟੀਸ਼ਨ ਬਹੁਤ ਵੱਧ ਚੁੱਕਿਆ, ਤੁਹਾਨੂੰ ਵੀ ਪਤਾ, ਹਰੇਕ ਕਹਿੰਦੇ ਵੀਜ਼ਾ ਅਸੀਂ ਲਵਾ ਦੇਣਾ, ਵੀਜ਼ਾ ਲਵਾ ਦੇਣਾ, ਤੁਸੀਂ ਇੱਥੇ ਆ ਗਏ ਆ ਨਾ, ਤੁਹਾਡਾ ਕੰਮ ਹੋ ਜਾਏਗਾ, ਠੀਕ ਆ? ਟੈਨਸ਼ਨ ਫਰੀ ਰਹੋ ਤੁਸੀਂ। ਸਾਰਾ 2 ਲੱਖ ਰੁਪਏ ਜਮ੍ਹਾਂ ਕਰੋ ਅਤੇ ਸਾਡੇ ਮੁੰਡੇ ਦੇ ਵੀਜ਼ੇ ਦਾ ਪ੍ਰੋਸੈਸ ਜਲਦੀ ਸ਼ੁਰੂ ਕਰੋ। ਸਰ ਵੀਜ਼ਾ ਕਿੰਨੇ ਦਿਨਾਂ 'ਚ ਲੱਗ ਜੂਗਾ ਤੁਹਾਡੇ ਹਿਸਾਬ? ਬੇਟਾ ਦੇਖੋ, 1 ਮੰਥ ਤਾਂ ਲੱਗ ਹੀ ਜਾਂਦਾ। ਹੈਲੋ ਬੇਟਾ, ਵਿਜ਼ਿਟਿੰਗ ਕਾਰਡ ਮੇਰਾ, ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ ਤੁਸੀਂ ਮੈਨੂੰ ਕਾਲ ਕਰ ਸਕਦੇ, ਬੇਝਿਜਕ, ਠੀਕ ਆ? ਮੇਰਾ ਦੋਸਤ ਹੈ ਇੱਕ, ਉਹਨਾਂ ਨੇ ਵੀ ਸ਼ਾਇਦ ਉੱਥੋਂ ਵੀਜ਼ਾ ਲਵਾਇਆ ਸੀ, ਮੈਂ ਉਹ ਪੁੱਛਦਾ ਉਹਨੂੰ ਫੋਨ ਕਰਕੇ। ਹੈਲੋ, ਉਹ ਯਾਰ ਉਹ ਜਿਹੜੇ ਗਗਨ ਟਰੈਵਲਰ ਵਾਲੇ ਤੁਹਾਡੇ ਘਰ ਦੇ ਲੱਗ ਗਏ ਯਾਰ, ਦੇਖੀ ਯਾਰ ਉਹ ਜਿਹੜੇ ਵੀਜ਼ੇ ਲਾਉਂਦੇ ਆ, ਦੇਖੀ ਉਹ ਯਾਰ ਫੋਨ ਨਹੀਂ ਲਾਉਂਦੇ ਉਹਨਾਂ ਨੂੰ। ਸੱਚੀ ਯਾਰ, ਉਹ ਯਾਰ ਤੂੰ ਝੂਠ ਬੋਲਣਾ ਯਾਰ, ਇੱਦਾਂ ਨਹੀਂ ਹੋ ਸਕਦਾ, ਉਹ ਜਾ ਯਾਰ
ਬੜੀ ਫਰੋਡ ਨਿਕਲੀ ਪੁੱਤ, ਆਪਾਂ ਤਾਂ ਲੁੱਟੇ ਗਏ, ਆਪਾਂ ਤਾਂ ਪੈਸੇ ਵੀ ਦੇਤੇ ਸੀ ਉਹਨਾਂ ਨੂੰ, ਨਾਲੇ ਤੇਰੇ ਸਰਟੀਫਿਕੇਟ ਵੀ। ਯਾਰ ਮੈਨੂੰ ਨਹੀਂ ਪਤਾ ਹੁਣ ਪੁੱਤ, ਅਰੇ ਤਾਂ ਬਹੁਤ ਮਾੜਾ ਹੋਇਆ ਆਪਣੇ ਨਾਲ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਵੀਡੀਓ ਰਾਹੀਂ ਅਸੀਂ ਤੁਹਾਨੂੰ ਇਹੀ ਦੱਸਣਾ ਚਾਹੁੰਦੇ ਸੀ, ਜਿੱਦਾਂ ਹਰ ਬੱਚੇ ਦਾ ਸੁਪਨਾ ਹੁੰਦਾ ਹੈ ਉਹ ਕਨੇਡਾ ਜਾਵੇ। ਮੋਸਟਲੀ ਅੱਜ ਦੇ ਸਮੇਂ ਵਿੱਚ ਹਰ ਬੱਚਾ ਕਹਿੰਦਾ ਮੈਂ ਕਨੇਡਾ ਜਾ ਕੇ ਪੜ੍ਹਾਂ, ਉੱਥੇ ਜਾ ਕੇ ਆਪਣਾ ਫਿਊਚਰ ਸੈੱਟ ਕਰਾਂ। ਬਸ ਇਹ ਸੁਪਨੇ ਦੇ ਰਿਗਾਰਡਿੰਗ ਲੈ ਕੇ ਉਹ ਕਾਫੀ ਮੁਸ਼ਕਲਾਂ ਤੈਅ ਕਰਦੇ ਨੇ, ਲਾਈਕ ਜਿੱਦਾਂ ਕਈ ਬੱਚੇ ਫਰੋਡ ਏਜੰਟਾਂ ਕੋਲ ਫਸ ਕੇ ਆਪਦੇ ਕਾਫੀ ਪੈਸੇ ਖਰਾਬ ਕਰ ਬੈਠਦੇ ਨੇ ਅਤੇ ਸਮਾਂ ਵੀ ਖਰਾਬ ਕਰ ਬੈਠਦੇ ਨੇ। ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗਾ, ਕੋਈ ਜੇ ਕੋਈ ਬੱਚੇ ਨੇ ਫਾਈਲ ਲਗਾਉਣੀ ਆ, ਫਸਟਲੀ ਆਪਦੇ ਬੈਂਡ ਰਿਕੁਆਇਰਮੈਂਟ ਵਧਾਓ ਅਤੇ ਕਿਸੇ ਜੈਨੂਅਨ ਬੰਦੇ ਕੋਲ ਵੀਜ਼ਾ ਲਗਾਓ। ਧੰਨਵਾਦ ਜੀ।